ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਭਾਰਤੀ ਸਿੰਘ ਅਤੇ ਫਰਾਹ ਖਾਨ ਦੇ ਖਿਲਾਫ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ। ਇਹ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਜਿਹੜਾ ਪਵਿੱਤਰ ਬਾਈਬਲ ਦਾ ਸ਼ਬਦ ਸੀਗਾ ਹਲੇਲੂਇਆ, ਉਹਨੂੰ ਤੋੜ ਮਰੋੜ ਕੇ ਇਹਨਾਂ ਅਦਾਕਾਰਾਂ ਵੱਲੋਂ ਪੇਸ਼ ਕੀਤਾ ਗਿਆ ਸੀਗਾ। ਅਤੇ ਅੱਜ ਗੁਰਦਾਸਪੁਰ ਦੇ ਵਿੱਚ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ, ਮਸੀਹ ਭਾਈਚਾਰੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਤਸਵੀਰਾਂ ਰਾਹੀਂ ਕਿ ਉਹਨਾਂ ਦੇ ਬੁੱਤ ਬਣਾਏ ਗਏ ਨੇ, ਜਲਾਉਣ ਵਾਸਤੇ ਉਹਨਾਂ ਦੇ ਪੁੱਤ ਬਣਾਏ ਗਏ ਨੇ, ਕਿਉਂਕਿ ਇਹ ਜਿਹੜਾ ਪਵਿੱਤਰ ਸ਼ਬਦ ਸੀਗਾ ਹਲੇਲੂਇਆ, ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀਗਾ। ਅਤੇ ਮਸੀਹ ਭਾਈਚਾਰੇ ਦੇ ਲੋਕ ਜਿਹੜੇ ਨੇ ਸੜਕਾਂ ਦੇ ਉੱਪਰ ਨੇ ਇਨਸਾਫ ਦੀ ਮੰਗ ਕਰ ਰਹੇ ਨੇ। ਮੇਰੇ ਨਾਲ ਇਸ ਵਕਤ ਮਸੀਹ ਭਾਈਚਾਰੇ ਦੇ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਦਾ ਪ੍ਰਦਰਸ਼ਨ ਕੀ ਆ ਅਤੇ ਕੀ ਮੰਗ ਕਰਨਾ ਚਾਹੁੰਦੇ ਨੇ। ਜੀ ਸਰ, ਜੀ ਜੀ, ਕੀ ਕੀ ਮੰਗ ਕਰਨਾ ਚਾਹੁੰਦੇ ਹੋ? ਜਿਹੜਾ ਪ੍ਰੋਟੈਸਟ ਕੀਤਾ ਗਿਆ ਵਾ, ਪ੍ਰੋਟੈਸਟ ਵਿੱਚ ਕੀ ਮੰਗ ਕਰਨਾ ਚਾਹੁੰਦੇ ਤੁਸੀਂ? ਅੱਜ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਪੂਰੇ ਪੰਜਾਬ ਦੇ ਵਿੱਚ ਕਿ ਜਿਹੜਾ ਸਾਡੇ ਪਵਿੱਤਰ ਬਾਈਬਲ ਦਾ ਜੋ ਬਹੁਤ ਹੀ ਪਵਿੱਤਰ ਅੰਕ ਹੈ ਹੈਲੇਲੂਇਆ, ਜਿਹਦੇ ਦਾ ਮਤਲਬ ਹੈ ਪਰਮੇਸ਼ਵਰ ਦੀ ਮਹਿਮਾ ਅਤੇ ਵਡਿਆਈ ਹੋਵੇ, ਉਹਨੂੰ ਇੱਕ ਨਿੱਜੀ ਟੀਵੀ ਚੈਨਲ ਦੇ ਉੱਤੇ ਭਾਰਤੀ ਵੱਲੋਂ ਉਹਨੂੰ ਭਾਰਤੀ ਸਿੰਘ ਕਹਿੰਦੇ, ਮੈਂ ਤਾਂ ਕਹਿੰਦਾ ਸਿੰਘ ਨਾਂ ਉਹਦੇ ਨਾਲ ਮਗਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਸਿੰਘਾਂ ਵਾਲਾ ਕੋਈ ਕੰਮ ਨਹੀਂ ਹੈਗਾ। ਔਰ ਭਾਰਤੀ ਵੱਲੋਂ ਰਵੀਨਾ ਟੰਡਨ ਅਤੇ ਫਰਾਹ ਖਾਨ ਵੱਲੋਂ ਉਸ ਪਵਿੱਤਰ ਨਾਰੇ ਨੂੰ ਬੜੀ ਹੀ ਬੇਅਦਬੀ ਤਰੀਕੇ ਦੇ ਨਾਲ ਉਹਨਾਂ ਨੇ ਤਰੋੜ ਮਰੋੜ ਕੇ ਟੀਵੀ ਚੈਨਲ 'ਤੇ ਪੇਸ਼ ਕੀਤਾ ਵਾ, ਜਿਹਦੇ ਨਾਲ ਸਮੁੱਚੇ ਪੰਜਾਬ ਦੇ ਕਿ ਪੂਰੀ ਦੁਨੀਆ ਦੇ ਵਿੱਚ ਵੱਸਦੇ ਈਸਾਈਆਂ ਦੇ ਦਿਲਾਂ ਨੂੰ ਵਰੁੰਦ ਰਿਹਾ ਵਾ। ਸੋ ਮੇਰੀ ਸਾਡੀ ਪੂਰੇ ਪੰਜਾਬ ਦੇ ਵਿੱਚ ਮਸੀਹ ਭਾਈਚਾਰੇ ਦੀ ਮੰਗ ਵਾ ਕਿ ਇਹਨਾਂ ਦੇ ਉੱਤੇ ਅੱਜ 5 ਦਿਨ ਹੋ ਗਏ ਆ FIR ਹੋਏ ਨੂੰ, ਪ੍ਰਸ਼ਾਸਨ ਔਰ ਸੂਬਾ ਸਰਕਾਰ ਇੰਨੀ ਢਿੱਲੀ ਪਈ ਆ, ਉਹਨਾਂ ਦੇ ਕੰਨਾਂ 'ਤੇ ਜੂਨ ਹੀ ਸਿਰਕਦੀ ਪਈ, ਹਾਲੇ ਤੱਕ ਉਹਨਾਂ ਦੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਸੋ ਇਹ ਤੋਂ ਸਾਫ਼ ਜ਼ਾਹਰ ਹੁੰਦਾ ਵਾ ਵੀ ਪੰਜਾਬ ਦੇ ਵਿੱਚ ਵੱਸਦੇ ਈਸਾਈਆਂ ਦੇ ਪ੍ਰਤੀ ਸੂਬਾ ਸਰਕਾਰ ਦੇ ਕਿੰਨੀ ਕਿ ਜਿਹੜੀ ਆ ਉਹ ਸੁਚੇਤ ਹੈਗੀ ਆ, ਕਿੰਨੀ ਕੁ ਵਫ਼ਾਦਾਰ ਆ ਸੂਬਾ ਸਰਕਾਰ ਈਸਾਈਆਂ ਦੀ, ਉਹਨਾਂ ਦੇ ਹਿੱਤਾਂ ਦੀ ਕਿੰਨੀ ਕੁ ਵਫ਼ਾਦਾਰ ਹੈਗੀ ਆ। ਔਰ ਪੂਰੇ ਪੰਜਾਬ ਨੂੰ ਅਸੀਂ ਐਲਾਨ ਕਰਦੇ ਹਾਂ, ਇੱਕ ਦਿਨ ਅਗਰ ਇਹਨਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਪੂਰਾ ਪੰਜਾਬ ਬੰਦ ਕਰਾਂਗੇ। ਮਸੀਹ ਭਾਈਚਾਰੇ ਦੀ ਮਹਿਲਾਵਾਂ ਵੀ ਮੌਜੂਦ ਨੇ, ਮਹਿਲਾਵਾਂ ਨਾਲ ਗੱਲਬਾਤ ਕਰਦੇ ਕਿ ਮਹਿਲਾਵਾਂ ਕੀ ਕਹਿਣਾ ਚਾਹੁੰਦੀਆਂ ਨੇ ਇਸ ਮਸੀਹ ਭਾਈਚਾਰੇ। ਜੀ, ਬੜੀ ਵੱਡੀ ਬੇਅਦਬੀ ਕੀਤੀ ਗਈ ਆ ਇਹਨਾਂ ਵੱਲੋਂ, ਅਦਾਕਾਰਾਂ ਵੱਲੋਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕ੍ਰਿਸਚਨ ਕਮਿਊਨਿਟੀ ਦੇ ਜਿਹੜਾ ਸਾਡਾ ਬਾਈਬਲ ਦਾ ਬੜਾ ਪਿਆਰਾ ਸ਼ਬਦ ਆ ਹਾਲੇਲੂਇਆ, ਇਸ ਦਾ ਜਿਹੜਾ ਅਰਥ ਆ ਖੁਦਾ ਯਿਸੂ ਮਸੀਹ ਜ਼ਿੰਦਾ ਹੈ ਅਤੇ ਸਾਡੇ ਨਾਲ ਹੈ, ਇਹਦਾ ਬੇਅਦਬੀ ਕੀਤੀ ਹੈ। ਔਰ ਮੈਂ ਤਿੰਨਾਂ ਲੇਡੀ ਨੂੰ ਸਰਕਾਰ ਨੂੰ ਬੇਨਤੀ ਕਰਦੀ ਕਿ ਜਿਹੜੀ ਇਹਨਾਂ 'ਤੇ FIR ਹੋਈ ਹੈ, ਇਹਨਾਂ ਨੂੰ ਅਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਕੀਤੀ ਗਈ? ਤਾਂ ਮੇਰੀ ਤਾਂ ਇਹ ਰਿਕੁਐਸਟ ਹੈ ਕਿ ਇਹਨਾਂ ਨੂੰ ਹੁਣੇ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਤੁਸੀਂ ਸੁਣਿਆ ਕਿ ਮਸੀਹ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਕਿਉਂਕਿ ਜਿਹੜੀ ਬੇਅਦਬੀ ਕੀਤੀ ਗਈ ਆ, ਪਵਿੱਤਰ ਜਿਹੜਾ ਸ਼ਬਦ ਵਾ ਉਹਦੀ ਹਲੇਲੂਇਆ ਬੇਅਦਬੀ ਕੀਤੀ ਗਈ ਆ, ਅਤੇ ਪ੍ਰਦਰਸ਼ਨ ਜਿਹੜਾ ਵਾ ਲੱਖ ਵੱਖ ਵੱਖ ਜਗ੍ਹਾ 'ਤੇ ਕੀਤਾ ਜਾ ਰਿਹਾ, ਗੁਰਦਾਸਪੁਰ ਦੇ ਵਿੱਚ ਪ੍ਰਦਰਸ਼ਨ ਜਿਹੜਾ ਵਾ ਕੀਤਾ ਜਾ ਰਿਹਾ, ਅਤੇ ਮੰਗ ਕੀਤੀ ਜਾ ਰਹੀ ਆ ਕਿ ਤਿੰਨਾਂ ਬਾਲੀਵੁੱਡ ਅਦਾਕਾਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ ਖਿਲਾਫ ਸਾਡੀ ਸਖਤ ਕਾਰਵਾਈ ਆ ਉਹ ਕੀਤੀ ਜਾਵੇ। ਕੈਮਰਾ ਪਰਸਨ ਸਤਵਿੰਦਰ ਸਿੰਘ ਦੇ ਨਾਲ ਅਵਤਾਰ ਸਿੰਘ, ਦੈਨਿਕ ਸਵੇਰਾ TV, ਗੁਰਦਾਸਪੁਰ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ 'ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹੱਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।